ਭਾਈ ਤੁਸੀਂ ਕਹਿਤਾ ਚਲੋ ਆਪਾਂ ਇੱਕੋ ਗੱਲ 1,60,000 ਰੁਪਏ ਦੀ ਕਾਰ ਦੇ ਦਾਂਗੇ ਕਿੰਨੇ ਦੀ 1,60,000 ਦੀ ਗੱਡੀ ਦੇ ਤੇ ਡਿਮਾਂਡ ਡਿਮਾਂਡ ਭਾਜੀ ਇਹਦੀ 4 ਲੱਖ ਰੁਪਿਆ ਬਾਕੀ ਜਿਵੇਂ ਤੁਹਾਨੂੰ ਪਤਾ ਔਨ ਟੇਬਲ ਆ ਕੇ ਨੈਗੋਸ਼ੀਏਬਲ ਹੋ ਜਾਏ ਠੀਕ ਹੈ ਇੱਕ ਤੋਂ ਲਾਈਕ ਔਰ ਸ਼ੇਅਰ ਠੋਕ ਦੀ ਮਹਾਕਾਲ ਕਾ ਦਬਾ ਕੇ ਲਾਈਕ ਔਰ ਸ਼ੇਅਰ ਠੋਕ ਲੀਜੀਏ ਪੂਰਾ ਸਾਲ ਮਿਹਨਤ ਕਰਤਾ ਹੂੰ ਆਪਕੇ ਲੀਏ ਬੇਟਾ ਐਸਾ ਨਹੀਂ ਚਲੇਗਾ ਐਸਾ ਨਹੀਂ ਚਲੇਗਾ ਹਾਂਜੀ ਜਨਾਬ ਕੀ ਹਾਲ ਚਾਲ ਹੈ ਮੇਰਾ ਨਾਮ ਹੈ ਸਾਵਨ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਮਿਸਟਰ ਸੁਨੇਹ ਅੱਜ ਆਪਾਂ ਪਹੁੰਚੇ ਹਾਂ ਜੀ ਕਾਰਸ ਨੰਬਰ 1 ਦੇ ਵਿੱਚ ਨਾਲ ਨੇ ਇੱਥੋਂ ਦੇ ਓਨਰ ਕੀ ਹਾਲ ਚਾਲ ਹੈ ਭਾਈ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਤੇ ਭਾਈ ਆਪਣਾ ਇੰਟਰੋ ਦੇ ਦਿਓ ਹਾਂਜੀ ਮੈਂ ਕਾਰਸ ਨੰਬਰ 1 ਦਾ ਓਨਰ ਹਾਂ ਜੀ ਨਾਮ ਮੇਰਾ ਹਰਕੀਰਤ ਸਿੰਘ ਗਰੇਵਾਲ ਹੈ ਮੇਰਾ ਮੋਬਾਈਲ ਨੰਬਰ 8283061816 ਹੈ ਜੀ ਸੋ ਕਾਰਾਂ ਦੇ ਬਾਰੇ ਆਪਾਂ ਗੱਲ ਕੀਤੀ ਜਾਵੇ ਆਪਣੇ ਕੋਲ ਲੱਖ ਰੁਪਏ ਦੀ ਰੇਂਜ ਤੋਂ ਸਟਾਰਟ ਹੋ ਕੇ 50 ਲੱਖ ਤੱਕ ਕਾਰ ਅਵੇਲੇਬਲ ਹੈ ਹਰ ਗੱਡੀ ਪਸੰਦ ਆਉਂਦੀ ਹੈ ਭਾਜੀ ਦਾ ਨੰਬਰ ਸਾਹਮਣੇ ਫਲੈਸ਼ ਕਰ ਰਿਹਾ ਤੁਸੀਂ ਉੱਤੇ ਜਾ ਕੇ ਕੰਟੈਕਟ ਕਰ ਲਿਓ ਬਾਈ ਚਾਂਸ ਅਗਰ ਤੁਹਾਨੂੰ ਕੋਈ ਹੋਰ ਪਸੰਦ ਆ ਗੱਡੀ ਉਹ ਵਿੱਚ ਨਹੀਂ ਹੈਗੀ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਲਿਓ ਮੇਰਾ ਵੀ ਨੰਬਰ ਚੱਲ ਰਿਹਾ ਹੋਊਗਾ ਤੁਸੀਂ ਮੈਨੂੰ ਕੰਟੈਕਟ ਕਰ ਲਿਓ ਆਪਾਂ ਤੁਹਾਨੂੰ ਲੱਭ ਕੇ ਪ੍ਰੋਵਾਈਡ ਕਰਵਾ ਦੇਵਾਂਗੇ ਠੀਕ ਹੈ ਜੀ ਕਰਦੇ ਵੀਡੀਓ ਨੂੰ ਸ਼ੁਰੂ ਦੇਖੋ ਜੀ ਹਾਂਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਆਪਾਂ ਥਾਰ ਕੋਲੋਂ ਦੱਸਿਓ ਬਾਈ ਸਤਿ ਸ਼੍ਰੀ ਅਕਾਲ ਜੀ ਥਾਰ ਲੈ ਕੇ ਆਏ ਜੀ 2016 ਮਾਡਲ ਹੈ ਸੈਕਿੰਡ ਓਨਰ ਕਾਰ ਹੈਗੀ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਵੱਡੇ ਸਾਈਜ਼ ਦੇ ਵਿੱਚ ਟਾਇਰ ਪਏ ਹੋਏ ਨੇ ਪੇਂਟ ਦੀ ਗੱਲ ਕੀਤੀ ਜਾਵੇ ਬਿਲਕੁਲ ਤੇ ਬਿਲਕੁਲ ਨਵੀਂ ਕਾਰ ਹੈ ਇੰਟੀਰੀਅਰ ਦੇਖੋ ਗੱਡੀ ਦਾ ਨਵਾਂ ਇੰਟੀਰੀਅਰ ਆ ਭਾਜੀ ਦੇਖ ਸਕਦੇ ਹੋ 4x4 ਦੇ ਵਿੱਚ ਆ ਜਾਂਦੀ ਹੈ ਜੇ ਆਪਾਂ ਕਿਲੋਮੀਟਰ ਬਾਰੇ ਗੱਲ ਕੀਤੀ ਜਾਵੇ ਤਾਂ ਸਿਰਫ ਤੇ ਸਿਰਫ 56000 ਕਿਲੋਮੀਟਰ ਚੱਲੀ ਹੈ ਗੱਡੀ ਐਡਵਾਂਟੇਜ ਭਾਜੀ ਸਨਰੂਫ ਵੀ ਹੈਗਾ ਇਸ ਚ ਬਿਲਕੁਲ ਭਾਜੀ ਸਨਰੂਫ ਲਵਾਇਆ ਹੋਇਆ ਇਨਬਿਲਟ ਸਿਸਟਮ ਦੇਖ ਲਓ 2 ਐਂਪ ਨੇ 4 ਵੂਫਰ ਨੇ ਪੂਰਾ ਐਨ ਧਾਕੜ ਸਿਸਟਮ ਗੱਡੀ ਲਵਾਇਆ ਹੋਇਆ ਹੈ ਇਹ ਤਗੜਾ ਬੰਦੇ ਨੇ ਸਿਸਟਮ ਲਾਇਆ ਹੋਇਆ ਵਾ ਗੱਡੀ ਦੇ ਵਿੱਚ ਕੀ ਡਿਮਾਂਡ ਹੋ ਰਹੀ ਹੈ ਭਾਜੀ ਗੱਡੀ ਦੀ ਧਾਕੜ ਗੱਡੀ ਦੇ ਵਾਸਤੇ ਧਾਕੜ ਸਿਸਟਮ ਲੱਗਿਆ ਜੀ ਇਹਦੀ ਭਾਜੀ ਮੰਗ ਆਪਾਂ ਸਿਰਫ 7 ਲੱਖ ਰੁਪਇਆ ਰੱਖੀ ਹੋਈ ਹੈ 7 ਲੱਖ ਰੁਪਇਆ ਬਾਕੀ ਔਨ ਟੇਬਲ ਨੈਗੋਸ਼ੀਏਬਲ ਹੋਗਾ ਜ਼ਰੂਰ ਆਵੇ ਫਿਰ ਇਹ ਦੀ ਆਪਣੀ ਸਕਾਰਪੀਓ ਹਾਂਜੀ ਭਾਜੀ ਸਕਾਰਪੀਓ S6 ਪਲੱਸ ਵੇਰੀਐਂਟ ਹੈ ਮਾਡਲ 2016 ਓਨਰ ਫਸਟ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਆਊਟਰ ਸਟੇਟ ਨੰਬਰ ਹੈਗਾ ਆ ਅਸੀਂ ਕੀ ਕਰਦੇ ਆ ਕਸਟਮਰ ਨੂੰ ਉਹਨਾਂ ਦੇ ਨਾਂ ਤੇ ਨੰਬਰ ਲਵਾ ਕੇ ਦਵਾਂਗੇ ਤਾਂ ਕਿ ਕਸਟਮਰ ਇਹਦਾ ਸੈਕਿੰਡ ਓਨਰ ਹੀ ਬਣ ਪਾਵੇ ਠੀਕ ਹੈ ਜੀ ਕਿਲੋਮੀਟਰ ਦੀ ਗੱਲ ਕੀਤੀ ਜਾਵੇ ਸਿਰਫ ਤੇ ਸਿਰਫ 90,000 ਚੱਲੀ ਆ ਕੰਪਨੀ ਰਿਕਾਰਡ ਦੇ ਨਾਲ 20 ਇੰਚ ਅਲੋਏ ਟਾਇਰ ਐਕਸਟਰਾ ਨੇ ਬ੍ਰਾਂਡ ਨਿਊ ਕੰਡੀਸ਼ਨ ਹੈ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਕੀ ਡਿਮਾਂਡ ਹੋਣ ਵਾਲੀ ਭਾਈ ਬਹੁਤ ਰੀਜ਼ਨੇਬਲ ਰੇਟ ਰੱਖਿਆ ਭਾਈ 9,90,000 ਰੁਪਿਆ ਆਸਕਿੰਗ ਪ੍ਰਾਈਸ ਹੈ ਇਨਕਲੂਡਿੰਗ ਪੰਜਾਬ ਨੰਬਰ ਇੱਕ ਇਹਦੇ ਵਿੱਚ ਹੋਰ ਚੀਜ਼ ਹੈਗੀ ਹੈ ਜੇ ਤੁਸੀਂ ਨੰਬਰ ਨਹੀਂ ਲਵਾਉਣਾ ਚਾਹੁੰਦੇ ਇਹਦੇ ਵਿੱਚੋਂ 50,000 ਤੁਸੀਂ ਮਾਈਨਸ ਕਰ ਦਿਓ ਤੇ ਕਰ ਲੈ ਜਿੰਨੀ ਤੁਹਾਨੂੰ ਰਕਮ ਦੱਸੀ ਆ ਉਹਦੇ ਚੋਂ 50,000 ਆਪ ਹੀ ਲੈਸ ਕਰ ਦਿਓ ਅਗਰ ਨੰਬਰ ਨਹੀਂ ਲਵਾਉਣਾ ਜੇ ਨਹੀਂ ਲਵਾਉਣਾ ਐਚਆਰ ਨੰਬਰ ਤੇ ਚਲਾਣੀ ਹੈ ਤਾਂ ਬਿਲਕੁਲ ਗੱਡੀ ਲੈ ਜਾਓ ਐਨਓਸੀ ਨਾਲ ਹੀ ਲੈ ਕੇ ਦਵਾਂਗੇ ਉਹ ਵਿੱਚੇ ਹੀ ਹੈ ਸਭ ਕੁਝ ਠੀਕ ਫਿਰ ਇਹਦੇ ਹੀ ਆਪਣੀ ਐਕਸਯੂਵੀ 300 ਹਾਂਜੀ ਭਾਜੀ ਮਿੰਨੀ ਐਸਯੂਵੀ ਜਿਹਨੂੰ ਕਿਹਾ ਜਾਂਦਾ ਹੈ ਐਕਸਯੂਵੀ 300 80,000 ਕਿਲੋਮੀਟਰ ਚੱਲੀ ਹੈ ਬੰਪਰ ਟੂ ਬੰਪਰ ਓਰੀਜਨਲ ਹੈ ਮਾਡਲ ਦੀ ਗੱਲ ਕੀਤੀ ਜਾਵੇ 2019 ਮਾਡਲ ਹੈ ਵੇਰੀਐਂਟ W6 ਹੈ ਅਲੋਏ ਟਾਇਰ 18 ਇੰਚ ਐਕਸਟਰਾ ਪਏ ਹੋਏ ਨੇ ਇੰਟੀਰੀਅਰ ਤੁਸੀਂ ਕਾਰ ਦਾ ਦੇਖ ਸਕਦੇ ਹੋ ਬਿਲਕੁਲ ਅਨਟੱਚ ਬ੍ਰਾਂਡ ਨਿਊ ਇੰਟੀਰੀਅਰ ਹੈ ਜੀ ਕੰਟਰੋਲ ਜਿਹੜੇ ਵਿੰਡੋ ਦੇ ਵਿੱਚ ਹੀ ਆ ਜਾਂਦੇ ਨੇ ਸਭ ਭਾਜੀ ਪਾਵਰ ਵਿੰਡੋ ਸਾਈਡ ਜੇ ਮਿਰਰ ਨੇ ਉਹ ਐਡਜਸਟੇਬਲ ਇੱਕ ਤਰ੍ਹਾਂ ਦਾ ਟੌਪ ਮਾਡਲ ਹੀ ਆ ਬਸ ਆਪਾਂ ਇਹ ਕਹਿ ਸਕਦੇ ਕਿ ਸਿਰਫ ਸਨਰੂਫ ਨਹੀਂ ਹੈਗਾ ਕਿਉਂਕਿ W6 ਚ ਸਨਰੂਫ ਦਿੰਦੇ ਨਹੀਂ ਬਾਕੀ ਦਾ ਸਿਰ ਹੀ ਆ ਕੰਮ ਬਿਲਕੁਲ ਨਵੀਂ ਗੱਡੀ ਭਾਜੀ ਬਿਲਕੁਲ ਡਿਮਾਂਡ ਕੀ ਹੋਣ ਵਾਲੀ ਇਹਦੀ ਆਸਕਿੰਗ ਭਾਜੀ ਇਹਦੀ ਸਿਰਫ ਤੇ ਸਿਰਫ 7.5 ਲੱਖ ਰੱਖੀ ਹੈ 2019 ਮਾਡਲ 2019 ਮਾਡਲ 7.5 ਲੱਖ ਰੁਪਇਆ ਬਿਲਕੁਲ ਭਾਜੀ ਹਾਂਜੀ ਫਿਰ ਇਹਦੇ ਹੀ ਵਰਨਾ ਹਾਂਜੀ ਭਾਜੀ ਸੈਡਾਨ ਲੁੱਕ ਦੇ ਵਿੱਚ ਮੁੰਡਿਆਂ ਦੀ ਮਨਪਸੰਦ ਕਾਰ ਹੈ ਵਰਨਾ ਮਾਡਲ ਦੀ ਗੱਲ ਕੀਤੀ ਜਾਵੇ 2011 ਮਾਡਲ ਹੈ ਫਸਟ ਓਨਰ ਹੈ ਕੰਪਨੀ ਰਿਕਾਰਡ ਦੇ ਨਾਲ ਸਿਰਫ 66,000 ਕਿਲੋਮੀਟਰ ਚੱਲੀ ਹੈ ਗੱਡੀ ਠੀਕ ਹੈ ਨਵੇਂ ਟਾਇਰ ਨੇ ਜੀ ਦੇਖ ਸਕਦੇ ਹੋ ਸੀਟ ਦੇ ਟਾਇਰ ਲੱਗੇ ਹੋਏ ਨੇ ਇੰਟੀਰੀਅਰ ਤੁਸੀਂ ਚੈੱਕ ਕਰ ਸਕਦੇ ਹੋ ਫਸਟ ਓਨਰ ਗੱਡੀ ਹੈ ਕੁਝ ਰੀਪੇਂਟ ਨਹੀਂ ਹੈਗਾ ਭਾਜੀ ਕਾਰ ਦਾ ਜੋ ਹੈ ਐਜ਼ ਇਟ ਇਜ਼ ਜੈਨੂਨ ਕਾਰ ਸਾਰੀ ਓਰੀਜਨਲ ਸਾਰੀ ਓਰੀਜਨਲ ਬੰਪਰ ਵਗੈਰਾ ਮਾੜੇ ਮੋਟੇ ਟੱਚਿੰਗ ਹੋਣਗੇ ਠੀਕ ਹੈ ਜਿਨ੍ਹਾਂ ਨੂੰ ਆਪਾਂ ਕਾਊਂਟ ਨਹੀਂ ਕਰਦੇ ਬਟ ਲੋਹੇ ਵਾਲਾ ਪੀਸ ਕੋਈ ਪੇਂਟ ਨਹੀਂ ਹੈਗਾ ਭਾਜੀ ਹੈ ਓਰੀ ਆਹ ਆਪਣਾ ਮੈਨੂਅਲ ਆ ਮੈਨੂਅਲ ਦੇ ਵਿੱਚ ਹਾਂਜੀ 1.6 6 ਏਅਰ ਬੈਗ ਵਾਲੀ ਹੈ ਠੀਕ ਹੈ ਤੇ ਡਿਮਾਂਡ ਡਿਮਾਂਡ ਭਾਜੀ ਇਹਦੀ 4 ਲੱਖ ਰੁਪਿਆ ਬਾਕੀ ਜਿਵੇਂ ਤੁਹਾਨੂੰ ਪਤਾ ਔਨ ਟੇਬਲ ਆ ਕੇ ਨੈਗੋਸ਼ੀਏਬਲ ਹੋ ਜਾਏ 4 ਲੱਖ ਰੁਪਏ ਦੀ ਵਰਨਾ 2011 ਮਾਡਲ 11 ਮਾਡਲ ਨਾ ਪਹਿਲੇ ਫੁੱਲ ਇਨਸ਼ੋਰਡ ਤੇ ਡੀਜ਼ਲ ਪੈਟਰੋਲ ਡੀਜ਼ਲ ਦੇ ਵਿੱਚ ਆ ਤੇ ਚੱਲੀ ਸਿਰਫ ਤੇ ਸਿਰਫ 65,000 ਕਿਲੋਮੀਟਰ ਹੈ ਵਿਦ ਕੰਪਨੀ ਰਿਕਾਰਡ 65,000 ਜੈਨੂਅਨ ਚੱਲੀ ਹੈ ਜੀ ਜੈਨੂਅਨ ਉਹ ਰਿਪੋਰਟ ਗੱਡੀ ਆ ਬਿਲਕੁਲ ਬਿਲਕੁਲ ਭਾਜੀ ਫੇਰ ਆਏ ਜੀ ਆਪਣੇ ਰੇਟਸ ਘੱਟ ਬਜਟ ਦੇ ਵਿੱਚ ਘੱਟ ਬਜਟ ਦੇ ਵਿੱਚ ਕਾਰ ਹੈ ਭਾਜੀ ਪਹਿਲੇ ਨਾਂ ਤੇ ਕਾਰ ਹੈ 80,000 ਸਿਰਫ ਕੰਪਨੀ ਰਿਕਾਰਡ ਦੇ ਨਾਲ ਚੱਲੀ ਹੈ ਬੰਪਰ ਟੂ ਬੰਪਰ ਓਰੀਜਨਲ ਹੈਗੀ ਹੈ
फर्स्ट ओनर गड्डी है 2013 रजिस्ट्रेशन 14 बिल्कुल ब्रांड न्यू कार है, डॉक्टर ड्रिवन कार है पाजी। जिवें तुसी इंटीरियर देखोगे थोनू पता लग जाना वीडीआई गड्डी डीजल बिल्कुल पाजी वीडीआई है और अंदरली कंडीशन तुसी देखो A1 कंडीशन है गड्डी दी। किन्नी चली है भाई ये? ये 80,000 कंपनी रिकॉर्ड दे नाल पाजी। 80,000 भाई मीटर वाली नहीं हैगी, ये जेनुइन चली है बिल्कुल पाजी। रेड्स होगी स्विफ्ट होगी इन्नी घट चलियां मिलदियां नहीं, बड़े जेनुइन 80,000 चली गड्डी। ठीक है, डिमांड डिमांड पाजी थोड़ी जी तो है इहदी, आपां 3,35,000 रुपए डिमांड करदे हां। ठीक है, बाकी तुसीं आओ कोई भी कस्टमर आएगा मानतान जरूर करांगे पाजी, हर कार दे विच मानतान करांगे। ठीक, फिर आंदी होंडा सिटी डीजल वेरिएंट पाजी, नाम पहले है, इंश्योरेंस थर्ड पार्टी है, 2014 मॉडल है, 70,000 किलोमीटर चली है, A1 कंडीशन है कार दी, स्क्रैचलेस कार है बिल्कुल पाजी, जो है सामने है, एक अद्धा पीस तुसी इहदा टचिंग मान के सह सकदे हो, इंटीरियर तुसी कार दा चेक कर सकदे हो, न्यू इंटीरियर वाली गड्डी है। ये क्रूज कंट्रोल है भाई? हां जी, डीजल डीजल पाजी डीजल। मैनुअल गड्डी, क्रूज कंट्रोल भी है इच? हां जी हां जी, क्रूज कंट्रोल भी हुंदा भाई जी इच। ठीक है, डिमांड डिमांड भाजी 4,80,000 रुपया, अगेन ऑन टेबल नेगोशिएट। 4,80,000 दी होंडा सिटी 2014 मॉडल डीजल वेरिएंट पर। ठीक, हां जी, फिर आई दी करोला, करोला एल्टिस भाजी डीजल वेरिएंट आ गया, कंपनी रिकॉर्ड दे नाल टोयोटा कार सिर्फ ते सिर्फ 92,000 किलोमीटर चली है जी। कार दी कंडीशन तुसी देख सकते हो, सेकंड ओनर कार है। ठीक है, इंश्योरेंस हजे वैलिड हैगी है, जून जुलाई अगस्त दे महीने तक फुल इंश्योर्ड गड्डी है। ठीक है जी, पहला ले लेंदे इंश्योरेंस दे पैसे बच जाणगे? बिल्कुल भाजी बिल्कुल, बचने ही बचने हैं, ट्रांसफर हो जानी है, नहीं तो एक्स्ट्रा इंश्योरेंस दे पैसे लगदे ने, सारेयां नूं पता है इस चीज दा। हां जी, गड्डी बिल्कुल साफ सुथरी है, कीट वाट होने वाली भाजी गड्डी दी? हां जी भाजी, डिमांड डिमांड भाजी इहदी 7.5 लाख रुपया है, 7.5, और बेस्ट चीज है कि डॉक्टर ड्रिवन कार है। ठीक है, डायरेक्ट पार्टी टू पार्टी डील करना चाहे कोई वो भी हो सकती है, कार दे पार्टी सामने आके भी डील करेगी। ओके, हां जी भाजी, 7.5 लाख, ही इतनी साफ सुथरी जी गड्डी है। मैं कहना भाजी बंदे ने बहुत सांभ के रखी है, बहुत ज्यादा, डॉक्टर दी कार ते फौजी दी कार थानू पता पूरी सांभी होंदी है। ਇਹ ਰਹੀ ਜੀ ਵਰਨਾ, ਵਾਈਟ ਕਲਰ ਦੇ ਵਿੱਚ ਵਰਨਾ ਲੈ ਕੇ ਆਇਆ ਭਾਜੀ, ਇਹ ਹੈਗੀ ਹੈ 2012 ਮਾਡਲ, ਮੈਨੂਅਲ ਦੇ ਵਿੱਚ ਹੈ, 1.6 6 ਏਅਰਬੈਗ ਵਾਲੀ ਹੈ ਕਾਰ, ਇਹ ਵੀ ਬਹੁਤ ਸਾਫ਼ ਹੈ, ਤੁਸੀਂ ਦੇਖ ਸਕਦੇ ਹੋ ਅਲਾਏ ਐਕਸਟਰਾ ਪਏ ਹੋਏ ਨੇ, ਮੈਨੂਅਲ ਵੇਰੀਐਂਟ ਹੈ, ਇੰਟੀਰੀਅਰ ਕਾਰ ਦਾ ਬਿਲਕੁਲ ਸਾਫ਼ ਸੁਥਰਾ ਡਬਲ ਕੋਡ ਇੰਟੀਰੀਅਰ ਆ ਜਾਂਦਾ ਹੈ ਕਾਰ ਦੇ ਵਿੱਚ। ਮੈਨੂਅਲ ਗੱਡੀ ਡਿਮਾਂਡ ਦੀ ਗੱਲ ਕੀਤੀ ਜਾਵੇ ਇਹਦੀ ਕਾਰ ਦੀ ਭਾਜੀ, ਆਪਾਂ 4.5 ਲੱਖ ਰੁਪਏ ਡਿਮਾਂਡ ਕੀਤੀ ਹੈ। 4.5 ਲੱਖ ਦੀ ਵਰਨਾ 2012 ਮਾਡਲ, ਨਾਮ ਪਹਿਲੇ ਨਾਮ ਦੀ ਬਿਲਕੁਲ ਭਾਜੀ, ਚੱਲੀ ਰਿਕਾਰਡ ਦੇ ਨਾਲ 1,03,000 ਬਿਲਕੁਲ ਭਾਜੀ, ਕੋਈ ਛੇੜ ਛਾੜ ਨਹੀਂ ਮੀਟਰ ਨਾਲ, ਕੋਈ ਕੁਛ ਨਹੀਂ, ਜੋ ਜੈਨੂਅਨ ਹੈ ਬਿਲਕੁਲ ਬਿਲਕੁਲ ਭਾਜੀ ਬਿਲਕੁਲ। ਸਵਿਫਟ ਲੈ ਕੇ ਆਇਆ ਹਾਂ ਭਰਾਵਾਂ ਲਈ, 2007 ਮਾਡਲ ਪੈਟਰੋਲ ਵੇਰੀਐਂਟ ਦੇ ਵਿੱਚ, ਬਹੁਤ ਮੰਗਦੇ ਭਾਈ ਬਹੁਤ ਮੰਗਦੇ ਭਾਜੀ, ਗੱਲ ਪਤਾ ਕੀ ਹੈ, ਸਜ਼ੂਕੀ ਹੈਗੀ ਹੈ ਸਾਰਿਆਂ ਦੀ ਮਨਪਸੰਦ ਕਾਰ ਹੈ, ਖਰਚਾ ਨਹੀਂ ਹੁੰਦਾ ਇਹ ਕਾਰਾਂ ਤੇ, ਇਸ ਕਰਕੇ ਇਹਦੀ ਡਿਮਾਂਡ ਬਹੁਤ ਜ਼ਿਆਦਾ ਆ। ਸੋਹਣਾ ਜਿਹਾ ਰੇਟ ਦੇ ਦਿਓ ਭਾਜੀ, ਤੁਸੀਂ ਕਹਿਤਾ ਚਲੋ ਆਪਾਂ ਇੱਕੋ ਗੱਲ, 1,60,000 ਰੁਪਏ ਦੀ ਕਾਰ ਦੇ ਦਾਂਗੇ ਤੁਹਾਨੂੰ, 1,60,000 ਦੀ ਗੱਡੀ ਦੇ ਦਾਂਗੇ, ਇੰਨੀ ਘਾਟ ਆਉਂਦੀ ਆ, ਬਸ ਤੁਹਾਡਾ ਰੈਫਰੈਂਸ ਦੇ ਕੇ ਆ ਗਿਆ ਮੇਰੀ ਗੱਲ ਨੂੰ। ਉਹ ਨਹੀਂ ਨਹੀਂ ਭਾਜੀ, ਤੁਹਾਡਾ ਰੈਫਰੈਂਸ ਆ ਗਿਆ ਜੇ 1,60,000 ਦੀ ਗੱਡੀ ਦੇਣਾ, 1,60,000 ਦੀ ਚੱਕੋ ਜੀ, ਨਾਲੇ ਪਾਸਿੰਗ ਨਾਲ ਆ ਭਾਜੀ, ਇਹ ਨਹੀਂ ਕਿ ਦੁਬਾਰਾ ਪਾਸਿੰਗ ਪੂਸਿੰਗ ਆ, ਪਾਸਿੰਗ ਪਾਸ ਸਾਰੀ ਐਕਸਟਰਾ ਕਰਾਈ ਹੋਈ ਆ, ਨਾਲ ਹੈਗੀ ਆ ਸਭ ਕੁਝ, 1,60,000 ਦੀ ਕਾਰ ਯੈਸ ਨੂੰ, ਤੁਹਾਡਾ ਕੋਈ ਰੈਫਰੈਂਸ ਦੇ ਦੇ 1,60,000 ਦੀ ਗੱਡੀ ਦੇ ਦਾਂਗੇ। ਠੀਕ ਹੈ, ਤੇ ਮਾਡਲ 2007 ਕੋਈ ਖਰਚਾ ਨੀ, ਗੱਡੀ ਲੈ ਕੇ ਸਿਰਫ ਚਲਾਉਣੀ ਹੈ ਭਾਜੀ, ਟਾਇਰ ਵੀ ਬਿਲਕੁਲ ਨਵੇਂ ਲਾਏ। ਦੇਖੋ ਭਾਈ ਕੀ ਕਹਿੰਦਾ, ਬੋਲਾ ਹਾਂ ਨਾਲ ਆ ਕੰਮ ਹੀ ਆ, ਮੁੜ ਕੇ ਆ ਗਏ ਨਾ ਗਿਓ ਜੀ, 1,60,000 ਚ ਵੀ ਹੁਣ ਕਢਾ ਲਿਓ, ਮੇਰੀ ਰੱਖ ਲਿਓ ਮਾੜੀ ਮੋਟੀ। इसी के साथ आज की मजदूरी यही खत्म करते हैं, अगर तुम्हें वीडियो पसंद आई तो लाइक मारो यार, और अगर तुम लोग नए हो तो सब्सक्राइब करो, वो जो लाल वाला बटन है उस पर फूट फेंक के मारो या फिर मोमबत्ती, मुझे नहीं पता बस।